ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਰਬਜੀਤ ਕੌਰ, ਮੈਂ ਮੋਗਾ ਦੀ ਰਹਿਣ ਵਾਲੀ ਹਾਂ। ਉਮਰ ਮੇਰੀ 49 ਸਾਲ ਹੈ ਜੀ। ਜਦੋਂ ਤੋਂ ਮੇਰੀ ਬੇਟੀ ਹੋਈ ਹੈ ਜੀ, 6 ਸਾਲ ਹੋ ਗਏ ਆ। ਮੇਰੇ ਯੂਟਰਸ ਦੇ ਵਿੱਚ ਫਾਈਬਰਡ ਸੀ। ਮੈਂ ਡਾਕਟਰ ਤੋਂ ਇੱਕ ਦੋ ਨੂੰ ਪੁੱਛਿਆ ਜੀ, ਮੈਮ ਇਹਦਾ ਕੁਛ ਕਰਨਾ ਹੈ? ਤਾਂ ਮੈਨੂੰ ਡਾਕਟਰ ਨੇ ਕਿਹਾ ਵੀ ਨਹੀਂ, ਆਪਾਂ ਇਸ ਯੂਟਰਸ ਦੇ ਵਿੱਚ ਜਿਹਨੇ ਫਾਈਬਰਡ ਆ ਉਹਦਾ ਕੁਛ ਨਹੀਂ ਕਰਨਾ। ਮੈਮ 2 ਸਾਲ ਮੈਂ ਫਿਰ ਰਿਪੀਟ ਨਹੀਂ ਕਰਵਾਈ ਸਕੈਨ। ਦੋ ਢਾਈ ਸਾਲ ਬਾਅਦ ਮੈਂ ਸਕੈਨ ਰਿਪੀਟ ਕਰਵਾਈ, ਉਹਦੇ ਵਿੱਚ ਮੇਰੇ ਯੂਟਰਸ ਦੇ ਵਿੱਚ ਜਿਹੜੀਆਂ ਫਾਈਬਰਡ ਸੀ ਉਹਨਾਂ ਦਾ ਸਾਈਜ਼ ਵੱਧ ਚੁੱਕਾ ਸੀ। ਉਸ ਤੋਂ ਬਾਅਦ ਮੈਂ ਆਯੁਰਵੈਦਿਕ ਮੈਡੀਸਨ ਖਾਧੀ ਜੀ ਦੋ ਮਹੀਨੇ। ਫਿਰ 2 ਮਹੀਨੇ ਤੋਂ ਬਾਅਦ ਮੈਨੂੰ ਡਾਕਟਰ ਨੇ ਕਿਹਾ ਸੀ ਤੁਸੀਂ ਮੈਡੀਸਨ ਖਾਓ, ਉਸ ਤੋਂ ਬਾਅਦ ਤੁਹਾਡੀ ਯੂਟਰਸ ਜਿਹੜੀ ਫਾਈਬਰਡ ਆ ਬਿਲਕੁਲ ਖਤਮ ਹੋ ਜਾਣਗੀਆਂ। ਮੈਂ 2 ਮਹੀਨੇ ਤੋਂ ਬਾਅਦ ਜਦੋਂ ਸਕੈਨ ਕਰਵਾਈ ਮੈਡੀਸਨ ਖਾਣ ਤੋਂ ਬਾਅਦ, ਤਾਂ ਯੂਟਰਸ ਦੇ ਵਿੱਚ ਜਿਹੜੀ ਫਾਈਬਰਡ ਸੀ ਉਹਨਾਂ ਦਾ ਸਾਈਜ਼ ਹੋਰ ਵੱਧ ਚੁੱਕਿਆ ਸੀ। ਜਦੋਂ ਮੈਂ ਸਕੈਨ ਕਰਵਾਈ, ਜਦੋਂ ਸਕੈਨਿੰਗ ਸੈਂਟਰ ਤੋਂ ਮੈਨੂੰ ਮੈਡਮ ਨੂੰ ਪੁੱਛਿਆ, ਮੈਂ ਕਿਹਾ ਮੈਮ ਜੇਕਰ ਮੈਂ ਆਪਰੇਸ਼ਨ ਕਰਵਾਉਣਾ ਚਾਹੁੰਦੀ ਇਸ ਫਾਈਬਰਡ ਦੇ ਵਿੱਚ ਜਿਹੜੇ ਯੂਟਰਸ ਦੇ ਵਿੱਚ ਫਾਈਬਰਡ ਆ ਉਹਨਾਂ ਦਾ, ਤਾਂ ਮੈਨੂੰ ਡਾਕਟਰ ਨੇ ਰਿਕਮੈਂਡ ਕੀਤਾ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਕਿਹਾ ਮੈਮ ਮੈਂ ਮੋਗਾ ਦੀ ਰਹਿਣ ਵਾਲੀ ਹਾਂ। ਉਹਨਾਂ ਨੇ ਕਿਹਾ ਤੁਹਾਨੂੰ ਕਦੇ ਕਿਤੇ ਵੀ ਦੂਰ ਜਾਣ ਦੀ ਜ਼ਰੂਰਤ ਨਹੀਂ, ਤੁਹਾਡੇ ਮੋਗਾ ਸ਼ਹਿਰ ਦੇ ਵਿੱਚ ਡਾਕਟਰ ਅਮਿਤ ਸੂਦ ਬਹੁਤ ਹੀ ਵਧੀਆ ਲੈਪਰੋਸਕੋਪਿਕ ਸਰਜਨ ਹਨ, ਵਰਲਡ ਦੇ ਬਹੁਤ ਹੀ ਬੈਸਟ ਡਾਕਟਰ ਨੇ। ਤਾਂ ਮੈਂ ਉਹਨਾਂ ਦੀ ਗੱਲ ਮੰਨੀ, ਤਾਂ ਮੈਂ ਨੈਕਸਟ ਡੇ ਡਾਕਟਰ ਅਮਿਤ ਸੂਦ ਦੀ OPD ਵਿੱਚ ਸਰ ਨੂੰ ਮਿਲਣ ਲਈ ਆਈ। ਜਦ ਮੈਂ ਡਾਕਟਰ ਅਮਿਤ ਸੂਦ ਕੋਲ ਆਈ ਤਾਂ ਮੈਂ ਸਰ ਕੋਲ ਆਈ ਬਹੁਤ ਹੀ ਡਰੀ ਹੋਈ ਸੀ। ਮੈਨੂੰ ਡਾਕਟਰ ਅਮਿਤ ਸੂਦ ਨੇ ਸਕੈਨ ਦੇਖ ਕੇ ਮੇਰੀ ਬਹੁਤ ਹੀ ਅੱਛੇ ਤਰ੍ਹਾਂ ਤਰੀਕੇ ਦੇ ਨਾਲ ਮੈਨੂੰ ਆਪਣੇ ਬੱਚਿਆਂ ਵਾਂਗ ਉਹਨਾਂ ਨੇ ਸਮਝਾਇਆ ਵੀ ਬੇਟਾ ਡਰਨ ਵਾਲੀ ਕੋਈ ਗੱਲ ਨਹੀਂ, ਜਦੋਂ ਤੁਸੀਂ ਲੈਪਰੋਸਕੋਪੀ ਸਰਜਰੀ ਕਰਵਾਓਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਨਹੀਂ ਆਵੇਗੀ। ਮੈਂ ਬਹੁਤ ਹੀ ਡਰੀ ਹੋਈ ਸੀ, ਜਦੋਂ ਸਰ ਨੇ ਮੈਨੂੰ ਬਹੁਤ ਸਮਝਾਇਆ ਮੈਨੂੰ ਮੇਰਾ ਇੱਕ ਸਰ 'ਤੇ ਫੇਥ ਬਣ ਗਿਆ ਵੀ ਮੈਂ ਜੇ ਸਰਜਰੀ ਕਰਵਾਵਾਂਗੀ ਤਾਂ ਮੈਂ ਡਾਕਟਰ ਅਮਿਤ ਸੂਦ ਕੋਲੋਂ ਹੀ ਕਰਵਾਵਾਂਗੀ। ਮੇਰੇ ਹਸਬੈਂਡ ਬਾਹਰ ਨੇ ਇਟਲੀ ਦੇ ਵਿੱਚ ਨੇ, ਮੈਂ ਆਪਣੇ ਹਸਪਤਾਲ ਜਾ ਕੇ ਆਪਣੇ ਹਸਬੈਂਡ ਦੇ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਜੇ ਆਪਣੀ ਜ਼ਿੰਦਗੀ ਹੈ ਤਾਂ ਸਾਰਾ ਕੁਛ ਹੀ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਡਾਕਟਰ ਦੀ ਸਲਾਹ ਲਓ, ਡਾਕਟਰ ਤੋਂ ਅਪਾਇੰਟਮੈਂਟ ਲਓ ਅਤੇ ਸਰਜਰੀ ਕਰਵਾਓ। ਮੈਂ ਨੈਕਸਟ ਡੇ ਫਿਰ ਡਾਕਟਰ ਅਮਿਤ ਸੂਦ ਕੋਲ ਆਈ, ਉਹਨਾਂ ਤੋਂ ਅਪਾਇੰਟਮੈਂਟ ਲਈ, ਇਨਵੈਸਟੀਗੇਸ਼ਨ ਕਰਵਾਈ, ਤਾਂ ਮੈਨੂੰ ਸਰ ਨੇ 3 ਤਰੀਕ ਦਾ ਅਪਾਇੰਟਮੈਂਟ ਦੇ ਦਿੱਤੀ। ਮੈਂ ਡਾਕਟਰ ਅਮਿਤ ਸੂਦ ਕੋਲ ਐਡਮਿਟ ਹੋ ਗਈ। ਓਪਰੇਸ਼ਨ ਥੀਏਟਰ ਦੇ ਵਿੱਚ ਮੈਨੂੰ ਸਰ ਚਲੇ ਗਏ, ਲੈ ਕੇ ਚਲੇ ਗਏ। ਮੈਨੂੰ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਈ। ਉਹਨਾਂ ਨੇ ਆਈ ਵੀ ਇੰਜੈਕਸ਼ਨ ਮੇਰੇ ਲਗਾਏ, ਜਸਟ ਜਿਹੜਾ ਕੈਨੂਲਾ ਲਗਾ ਮੈਨੂੰ ਉੰਨੀ ਹੀ ਪੇਨ ਹੋਈ ਉਸ ਤੋਂ ਬਾਅਦ, ਅਦਰਵਾਈਜ਼ ਮੈਨੂੰ ਇੱਦਾਂ ਲੱਗਾ। ਮੈਨੂੰ ਓਪਰੇਸ਼ਨ ਥੀਏਟਰ ਦੇ ਵਿੱਚ ਲਿਜਾ ਕੇ ਉਹਨਾਂ ਨੇ ਸਲਾਹ ਦਿੱਤਾ। ਸਲਾਉਣ ਤੋਂ ਬਾਅਦ ਜਦ ਮੈਂ 2-2.5 ਘੰਟੇ ਬਾਅਦ ਦੇਖਿਆ ਤਾਂ ਮੈਂ ਰਿਕਵਰੀ ਰੂਮ ਦੇ ਵਿੱਚ ਬਿਲਕੁਲ ਠੀਕ ਠਾਕ ਪਈ ਹੋਈ ਸੀ। ਮੈਨੂੰ ਇੱਦਾਂ ਲੱਗਾ ਮੈਂ ਸੌ ਕੇ ਉੱਠੀ ਹਾਂ। ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ। ਇਹ ਲੈਪਰੋਸਕੋਪੀ ਸਰਜਰੀ ਬਹੁਤ ਹੀ ਵਧੀਆ ਹੈ, ਇਹਦੇ ਵਿੱਚ ਕੋਈ ਵੀ ਜ਼ਿਆਦਾ ਚੀਰਾ ਨਹੀਂ ਦਿੱਤਾ ਜਾਂਦਾ, ਇਹਦੇ ਵਿੱਚ ਸਿਰਫ 3 ਸਟਿੱਚ ਲੱਗਦੇ ਆ, ਬਹੁਤ ਛੋਟੇ ਛੋਟੇ ਕੱਟ ਹੁੰਦੇ, ਉਹ 3 ਸਟਿੱਚ ਲੱਗਦੇ ਆ। ਇਸ ਟਾਈਮ 'ਤੇ ਮੈਂ ਅੱਜ ਸਰ ਤੋਂ ਆਫਟਰ 12 ਡੇਜ਼ ਰੂਟੀਨ ਚੈੱਕਅਪ ਦੇ ਲਈ ਆਈ ਹੋਈ ਹਾਂ। ਮੈਨੂੰ ਸਰ ਨੇ ਵੀ ਪੁੱਛਿਆ ਬੇਟਾ ਤੁਸੀਂ ਕਿਸ ਤਰ੍ਹਾਂ ਹੋ? ਮੈਂ ਸਾਨੂੰ ਕਿਹਾ ਸਰ ਮੈਂ ਬਿਲਕੁਲ ਠੀਕ ਠਾਕ ਹਾਂ, ਮੈਂ ਆਪਣੇ ਸਾਰੇ ਘਰ ਦੇ ਕੰਮ ਕਰ ਰਹੀ ਹਾਂ, ਮੇਰੀ ਵੀ 6 ਸਾਲ ਦੀ ਬੇਟੀ ਉਹ ਸਕੂਲ ਜਾ ਰਹੀ ਆ। ਸਰ ਮੈਨੂੰ ਕਹਿ ਰਹੇ ਆ ਬੇਟਾ ਤੁਹਾਨੂੰ ਕੋਈ ਤਕਲੀਫ ਹੈ ਤਾਂ ਦੱਸੋ, ਬਟ ਮੈਂ ਕਿਹਾ ਸਰ ਆਈ ਐਮ ਆਲਰੇਡੀ ਮਤਲਬ ਆਈ ਐਵਰੀਥਿੰਗ ਸੋ ਓਕੇ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ, ਮੈਂ ਚੱਲ ਸਕਦੀ ਹਾਂ, ਮੈਂ ਸਕੂਟਰੀ ਚਲਾ ਸਕਦੀ ਹਾਂ, ਮੈਂ ਆਪਣੇ ਘਰ ਦੇ ਸਾਰੇ ਕੰਮ ਕਰ ਸਕਦੀ ਹਾਂ। ਅਤੇ ਮੈਂ ਸਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਆਪਣੀ ਜਿਹੜੀਆਂ ਮੇਰੇ ਨਾਲ ਘਰ ਬੈਠੀਆਂ ਭੈਣਾਂ ਨੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ। ਮੈਨੂੰ ਲੱਗਦਾ ਕਿ 100 ਦੇ ਵਿੱਚੋਂ ਮੋਸਟਲੀ 80% ਦੇ ਵਿੱਚ ਮੋਸਟਲੀ ਲੇਡੀਜ਼ ਦੇ ਵਿੱਚ ਇਹ ਪ੍ਰੋਬਲਮ ਆ ਹੀ ਰਹੀ ਹੈ, ਬਟ ਉਹ ਇੱਕ ਡਰ ਦੇ ਕਾਰਨ ਆਪਣੇ ਘਰ ਦੇ ਵਿੱਚ ਬੈਠੀਆਂ ਹੋਈਆਂ ਹਨ। ਮੈਂ ਉਹਨਾਂ ਨੂੰ ਕਹੂੰਗੀ ਲੈਪਰੋਸਕੋਪੀ ਸਰਜਰੀ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਇਹਦੇ ਵਿੱਚ, ਤੁਸੀਂ ਜੇ ਓਪਰੇਸ਼ਨ ਨਹੀਂ ਵੀ ਕਰਵਾਉਣਾ ਕਿਸੇ ਡਾਕਟਰ ਦੀ ਸਲਾਹ ਲਈ ਆ, ਬਟ ਇੱਕ ਵਾਰ ਤੁਸੀਂ ਡਾਕਟਰ ਅਮਿਤ ਸੂਦ ਨੂੰ ਮੋਗੇ ਆ ਕੇ ਬਿਲਕੁਲ ਜ਼ਰੂਰ ਮਿਲੋ। ਸਰ ਬਿਲਕੁਲ ਵੀ ਤੁਹਾਨੂੰ ਇੱਦਾਂ ਉੱਪਰਾ ਨਹੀਂ ਫੀਲ ਹੋਣ ਦਿੰਦੇ, ਬਿਲਕੁਲ ਆਪਣੀ ਫੈਮਿਲੀ ਦੇ ਤਰ੍ਹਾਂ ਰੱਖਦੇ ਨੇ। ਜਦੋਂ ਆਪਾਂ ਹੋਸਪਿਟਲ ਦੇ ਵਿੱਚ ਆਉਂਦੇ ਹਾਂ ਬਿਲਕੁਲ ਘਰ ਵਰਗਾ ਮਾਹੌਲ ਆ, ਸਟਾਫ ਬਹੁਤ ਵਧੀਆ ਕੇਅਰ ਕਰਦਾ। ਮੈਨੂੰ ਨੈਕਸਟ ਡੇ ਮੈਂ ਆਪਣੇ ਘਰ ਪਹੁੰਚ ਗਈ ਸੀਗੀ। ਮੈਂ ਬਿਲਕੁਲ ਇਹੀ ਸਾਰੇ ਭੈਣਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਜੀ, ਧੰਨਵਾਦ।